Z5 ऐप डाउनलोड करो ते देखो पूरे एपिसोड बिल्कुल फ्री। ਸੀ ਮਿਲਣ ਨੂੰ ਕਦੇ ਨਹੀਂ ਸੀ ਰੋਕਿਆ ਵੀ ਜਿੱਥੇ ਜਾਣਾ ਤੁਸੀਂ ਜਾਓ। हाँ पर बॉडीगार्ड दोनों नाल मैं ये भी दसदा मतलब सवा साल का जो गैप सी ना ब्याह तो लैके मंगने तक का असि दोनों ने प्लान करना भी चल अज कुछ खा के आने है ना तुसी आ जाओ चल जाना आ दोने पहला तैयार ਇਹ ਬਾਅਦ ਗੱਡੀ ਚ ਬਹਿੰਦੀ ਸੀ ਇਹ ਪਹਿਲਾਂ ਬਹਿ ਜਾਂਦੀ ਸੀ ਜਾਂ ਇਹ ਦੋਨੇ ਜਾਂ ਮਤਲਬ ਇੱਕ ਬੰਦਾ ਹਨਾ ਇੱਕ ਬੰਦਾ ਤਾਂ ਜਾਣਾ ਹੀ ਜਾਣਾ ਮੈਂ ਕਿਹਾ ਯਾਰ ਬੰਦੇ ਇਕੱਲੇ ਨੇ ਵੀ ਕਿਤੇ ਜਾਣਾ ਹੁੰਦਾ ਨਾ ਤੇ ਛੱਡ ਦੋ ਹੁਣ ਕੋਈ ਗੱਲ ਵੀ ਮੈਂ ਲੈ ਥੋੜੀ ਜਾਊਂਗੀ ਕਿਤੇ ਦੋ ਵਾਰੀ ਛੱਡ ਕੇ ਘਰ ਆ ਵੀ ਆ ਜਾਓ ਘਰੇ ਮੈਂ ਲੈ ਥੋੜੀ ਜਾਣਾ ਇਹ ਪਰ ਇਹਨਾਂ ਦੋਨਾਂ ਨੇ ਨਾਲ ਜਾਣਾ ਪਰ ਵੀ ਲੈ ਕੇ ਤਾਂ ਆਣਾ ਪਰ ਲੈ ਕੇ ਵੱਜ ਗਾ ਜਾਂ ਨਾ ਆਵਾਂਗੇ ਤੇ ਪਤਾ ਕੀ ਫਿਰ ਜਦੋਂ ਜਿਵੇਂ ਹੁਣ ਆਦਤ ਹੀ ਪੈ ਚੁੱਕੀ ਸੀ ਹਨਾ ਇਹਨਾਂ ਦੀ ਵੀ ਚਲੋ ਨਾਲ ਖੱਪ ਖਾਨਾ ਕਰਦੇ ਸੀਗੇ ਹੁਣ ਸਾਡੇ ਕੋਲ ਆਪਣੀ ਗੱਲ ਕਰਨ ਦਾ ਤਾਂ ਟਾਈਮ ਹੀ ਨਹੀਂ ਸੀ ਹੁੰਦਾ ਤੇ ਇਹਨਾਂ ਨਾਲ ਖੱਪ ਖਾਨਾ ਚਾਹ ਰਹੇ ਆਣੇ ਗੱਡੀ ਚ ਬਹਿ ਕੇ ਖੱਪ ਖਾਨਾ ਕਰਦੇ ਸੀਗੇ ਤੇ ਜਦੋਂ ਵਿਆਹ ਤੋਂ ਅਗਲੇ ਦਿਨ ਅਸੀਂ ਦੋਨੇ ਨੇ ਮਤਲਬ ਉਦਾਂ ਹੀ ਮਾਰਕੀਟ ਚ ਗਏ ਨਾ ਗੱਡੀ ਚ ਹੀ ਗਏ ਤੇ ਅਸੀਂ ਦੋਨੇ ਮੈਂ ਵੀ ਚੁੱਪੇ ਵੀ ਚੁੱਪ ਅਸੀਂ ਦੇਖੀਏ ਵਿੱਚ ਸ਼ਾਂਤੀ ਅਸੀਂ ਮਤਲਬ ਸੀਗਾ 2-3 4 ਕਿਲੋਮੀਟਰ 5 ਕਿਲੋਮੀਟਰ ਦਾ ਚੁੱਪ ਚਾਪ ਜਾ ਰਹੇ ਹਾਂ ਇਹ ਤੁਹਾਡੇ ਦੋਵਾਂ ਦੀ ਤਾਰੀਫ ਹੋ ਰਹੀ ਹੈ ਇਸ ਵਿੱਚ ਮਤਲਬ ਮੈਨੂੰ ਇਹ ਫੀਲ ਹੋਇਆ ਵੀ ਉਹ ਬੰਦੇ ਕਿਉਂ ਨਹੀਂ ਹੈਗੇ ਨਾਲ ਪਹਿਲਾਂ ਕਹਿੰਦੇ ਸੀ ਵਿਆਹ ਹੋ ਲੈਣ ਦਾ ਤੁਹਾਨੂੰ ਪੁੱਛਣਾ ਵੀ ਨਹੀਂ ਅਸੀਂ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਸਾਡੇ ਬਿਨਾਂ ਅੱਜ ਵੀ ਨਹੀਂ ਜਾਂਦੇ ਕਿਤੇ ਹੈ ਨਾ ਪਰ ਗੱਲ ਸਹੀ ਹੈ ਹੁਣ ਵੀ ਸਾਡੇ ਨਾਲ ਹੀ ਜਾਂਦੇ ਹੁਣ ਵੀ ਸਾਡੇ ਨਾਲ ਹੀ ਜਾਂਦੇ ਨੇ ਬਟ ਇਹ ਹੁੰਦਾ ਜਦੋਂ ਮਤਲਬ ਕਦੇ ਮਤਲਬ ਜਿਵੇਂ ਸਾਡੀ ਨੋਕ ਚੋਕ ਹੋ ਜਾਂਦੀ ਹੈ ਤਾਂ ਜਿਵੇਂ ਮੈਂ ਕਹਿ ਦਿੰਦਾ ਹੁੰਦਾ ਇਹਨੂੰ ਵੀ ਕੋਈ ਨਹੀਂ ਚੱਲ ਆਪਾਂ ਚੱਲਦੇ ਹਾਂ ਕਿਤੇ ਇਹ ਵੀ ਨਾ ਫਿਰ ਉਹ ਕਹਿਣ ਲੱਗ ਜਾਂਦੇ ਯਾਰ ਤੁਸੀਂ ਮਨਾ ਲਓ ਤੁਸੀਂ ਬੋਲੋ ਤੁਸੀਂ ਇੱਦਾਂ ਕਰ ਲਓ ਤੁਸੀਂ ਉੱਦਾਂ ਮੈਂ ਕਿਹਾ ਚੱਲ ਲੜੇ ਹੋਏ ਹੁੰਦੇ ਹੋ ਫਿਰ ਵਲੌਗ ਕਿਵੇਂ ਸ਼ੂਟ ਕਰਦੇ ਫਿਰ ਅਸੀਂ ਵਲੌਗ ਉੱਥੇ ਅਸੀਂ ਕਿਹਦਾ ਦਫਾ ਹੋਵੇ ਵਲੌਗ ਜੇ ਮਤਲਬ ਸਵੇਰ ਨੂੰ ਕੋਈ ਗੱਲ ਹੋਈ ਹੈ ਤਾਂ ਸ਼ਾਮ ਤੱਕ ਕਲੀਅਰ ਜੇ ਸ਼ਾਮ ਨੂੰ ਹੋਈ ਹੈ ਤਾਂ ਰਾਤ ਤੱਕ ਕਲੀਅਰ ਰਾਤ ਨੂੰ ਤਾਂ ਲੜਦੇ ਹੀ ਨਹੀਂ ਹੁੰਦੇ ਅੰਤਾਕਸ਼ਰੀ ਖੇਡਣ ਦੀ ਵਾਰੀ ਔਰ ਰੂਲਸ ਬਹੁਤ ਆਸਾਨ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਤੁਸੀਂ ਦੋ ਟੀਮਾਂ 'ਚ ਵੰਡੇ ਹੋਏ ਹੋ ਤੁਹਾਡੇ ਸਾਹਮਣੇ ਕੁਝ ਕਲੂਜ਼ ਨੂੰ ਰੱਖਿਆ ਜਾਏਗਾ ਉਹਨਾਂ ਨੂੰ ਸੁਣ ਕੇ ਤੁਸੀਂ ਪੁੱਛਣਾ ਕਿ ਮੈਂ ਕਿਸ ਗਾਣੇ ਦੀ ਗੱਲ ਕਰ ਰਹੀ ਹਾਂ ਠੀਕ ਹੈ ਉਹ ਗਾਣਾ ਤੁਸੀਂ ਗਾਣਾ ਹੈ ਉਹ ਸਹੀ ਗਾਣਾ ਦੇਗਾ ਤੁਹਾਨੂੰ ਇੱਕ ਪੁਆਇੰਟ ਔਰ ਜਿਹੜੀ ਵੀ ਟੀਮ ਕੋਲ ਅਖੀਰਲੇ ਰਾਊਂਡ ਤੱਕ ਸਭ ਤੋਂ ਜ਼ਿਆਦਾ ਪੁਆਇੰਟਸ ਹੋਣਗੇ ਉਹੀ ਜੇਤੂ ਹੋਏਗੀ ਠੀਕ ਹੈ ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੇ ਕਲੂ ਦੇ ਨਾਲ ਹੈਗਾ ਜੀ ਮੱਖਣਾ ਸੌਂਕਣ ਪਰੀ ਤੁਰਨ ਲੰਮਿਆ ਰੁੱਟਾਂ ਦੇ ਉੱਤੇ ਮੱਖਣਾ ਦਿਲ ਜੰਟੀ ਦਾ ਵੀ ਤੇਰੇ ਬਾਜੂ ਸੱਖਣਾ ਮੇਰੇ ਸੌਂਕਣੇ ਟਰਾਲਾ ਤੇਰਾ ਮੁੰਡਿਆ ਸੌਂਕਣੇ ਟਰਾਲਾ ਤੇਰਾ ਮੁੰਡਿਆ ਤੈਨੂੰ ਚੇਤੇ ਬੁਲਾਉਂਦਾ ਹੁਸਨਾ ਦੀ ਪਰੀ ਦੇ ਸੋਹਣਿਆ ਕਦਰੇ ਕਦੀ ਵੀ ਨਖਰੇ ਨੀ ਕਰੀਦੇ ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆ ਕਦਰੇ ਕਦੀ ਵੀ ਨਖਰੇ ਨੀ ਕਰੀਦੇ ਕਿਆ ਬਹੁਤ ਵਧੀਆ ਤੁਹਾਡੀ ਟੀਮ ਨੂੰ ਜਾਂਦਾ ਹੈ ਇਹ ਪੁਆਇੰਟ ਔਰ ਅਗਲਾ ਕਲੂ ਹੈਗਾ ਤਾਰੇ ਬਰਸਾਤਾਂ ਤੜਪਾਵੇ ਬਰਸਾਤਾਂ ਨੂੰ ਸੋ ਬਰਾਬਰੀ ਦਾ ਮੁਕਾਬਲਾ ਹੋ ਚੁੱਕਿਆ 1:1 ਦਾ ਸਕੋਰ ਹੈ ਔਰ ਅਗਲਾ ਕਲੂ ਹੈ ਹੱਸਦੀ ਨਾਗ ਗਲੀ ਕੁੜੀਆਂ ਦੇ ਵਿੱਚ ਵੀਰੇ ਹੱਸਦੀ ਖੇਡਦੀ ਕਾਲਜ ਨੂੰ ਜਾਂਦੀ ਜਿੰਦੂ ਨਾਗ ਵਾਂਗੂ ਮੇਲਦੀ ਆਸ਼ਿਕਾਂ ਨੂੰ ਦਰਸ਼ ਦਿਖਾਇਆ ਕਰੋ ਜੀ ਕਦੇ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ ਕਦੇ ਸਾਡੀ ਗਲੀ ਭੁੱਲ ਕੇ ਵੀ ਸੋ 2:1 ਦਾ ਸਕੋਰ ਹੈ ਔਰ ਅਗਲਾ ਕਲੂ ਹੈਗਾ ਇਹ ਨੀਲੀਆਂ ਅਜਬ ਮੁਖੜਾ ਨੀਲੀਆਂ ਨੀਲੀਆਂ ਬਣਾਉਂਦੇ ਕਾਹਦੇ ਕੇ ਨਜ਼ਰ ਜੰਮ ਜਿਆ ਚੜ ਗਿਆ ਨੀ ਦਿਲ ਦਾ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ਕਿਆ ਬਾਤ ਗੋਰੀਆਂ ਕੁੜੀ ਦੁਹਾਈ ਕੁੜੀ ਕੱਢ ਕੇ ਕਾਲ ਜਾ ਲੈ ਗਈ ਉਹ ਗੱਲਾਂ ਗੋਰੀਆਂ ਦੇ ਵਿੱਚ ਟੋਏ ਗੱਡੀ ਛੋੜ ਦਿਲ ਮੈਂ
ਇੱਕ ਮੋੜ ਆਇਆ ਮੈਂ ਉੱਥੇ ਦਿਲ ਛੋੜ ਆਇਆ ਵੈਰੀ ਨਾਈਸ ਸ਼ਾਬਾਸ਼ ਸੋ ਅੰਤਾਕਸ਼ਰੀ ਇੱਥੇ ਹੀ ਖਤਮ ਹੁੰਦੀ ਹੈ ਔਰ 4-2 ਦੇ ਸਕੋਰ ਦੇ ਨਾਲ ਸਾਡੀ ਜੇਤੂ ਟੀਮ ਰਹੀ ਸਾਡੀ ਸੁਪਰ ਸਟਾਰ ਨੂੰ ਦੀ ਟੀਮ ਕਿਆ ਬਾਤ ਹੈ ਬਹੁਤ ਵਧੀਆ ਸੋ ਇਸੇ ਨਾਲ ਆ ਗਿਆ ਸਾਡੇ ਅੱਜ ਦੇ ਇਸ ਐਪੀਸੋਡ ਦੇ ਅਖੀਰਲੇ ਪੜਾਵ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਪਲੀਜ਼ ਤੋਹਫਾ ਲੈ ਕੇ ਆਓ ਆਓ ਜੀ ਨਵਜੋਤ ਸੋ ਇਸ ਫੁਲਕਾਰੀ ਦੇ ਰੰਗ ਹੋਰ ਸੋਹਣੇ ਹੋ ਗਏ ਨੇ ਤੁਹਾਡੇ ਤੇ ਆ ਕੇ ਔਰ ਪਰਮਾਤਮਾ ਕਰੇ ਕਿ ਹਮੇਸ਼ਾ ਇਸੇ ਤਰ੍ਹਾਂ ਹੀ ਰਹੋ ਔਰ ਤੁਹਾਡੇ ਲਈ ਮੇਰੀ ਬਸ ਇਹੀ ਦੁਆ ਹੈ ਕਿ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰੋ ਔਰ ਪਰਮਾਤਮਾ ਤੁਹਾਨੂੰ ਉਹਨਾਂ ਸ਼ਿਖਰਾਂ 'ਤੇ ਲੈ ਕੇ ਜਾਵੇ ਜੋ ਤੁਸੀਂ ਆਪਣੇ ਲਈ ਸੋਚਦੇ ਹੋ ਆਲ ਦਾ ਬੈਸਟ ਥੈਂਕ ਯੂ ਮੈਮ ਸੋ ਅੱਜ ਕਿਹੋ ਜਿਹਾ ਰਿਹਾ ਤੁਹਾਡੇ ਸਾਰਿਆਂ ਦਾ ਦਿਨ ਮਜ਼ਾ ਆਇਆ ਬਹੁਤ ਜ਼ਿਆਦਾ ਬਹੁਤ ਫਨ ਕੀਤਾ ਅਸੀਂ ਸਾਰਿਆਂ ਨੇ ਸੋ ਇਹੀ ਮੇਰੀ ਦੁਆ ਹੈ ਤੁਹਾਡੇ ਸਾਰਿਆਂ ਲਈ ਕਿ ਪਰਿਵਾਰ ਹਮੇਸ਼ਾ ਹੱਸਦਾ ਵੱਸਦਾ ਰਹੇ ਔਰ ਹਮੇਸ਼ਾ ਇੱਕ ਦੂਸਰੇ ਨਾਲ ਇਕੱਠੇ ਹੋ ਕੇ ਮੌਜ ਮਸਤੀ ਕਰਦੇ ਰਹੋ ਇਹੀ ਜ਼ਿੰਦਗੀ ਹੈ ਨਾ ਰਿਸ਼ਤਿਆਂ ਤੋਂ ਅਨਮੋਲ ਚੀਜ਼ ਹੋਰ ਕੋਈ ਵੀ ਨਹੀਂ ਹੁੰਦੀ ਸੋ ਪਰਮਾਤਮਾ ਕਰੇ ਕਿ ਹਮੇਸ਼ਾ ਚੜ੍ਹਦੀਆਂ ਕਲਾ ਚ ਰਹੋ ਆਲ ਦਾ ਬੈਸਟ ਥੈਂਕ ਯੂ ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ